ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਤੁਹਾਨੂੰ ਅਸੀਂ ਬੈਕ ਨੈਕ 'ਤੇ ਕੱਪੜਾ ਲਾਉਣਾ ਦੱਸਦੇ ਹਾਂ ਦੋ ਤਰੀਕਿਆਂ ਨਾਲ ਆਪਾਂ ਲਾ ਸਕਦੇ ਹਾਂ ਸੋ ਜਿਹੜਾ ਤਰੀਕਾ ਮੈਂ ਯੂਜ਼ ਕਰਦੀ ਹਾਂ ਮੈਂ ਤੁਹਾਨੂੰ ਉਹ ਦੱਸਣ ਲੱਗੀ ਹਾਂ ਬਿਲਕੁਲ ਸਫਾਈ ਨਾਲ ਲੱਗੇਗਾ ਕੱਪੜਾ ਉਹਦੇ 'ਤੇ ਹਾਂਜੀ ਮੈਂ ਆ ਰੇਬ ਕੱਪੜਾ ਕਟਿੰਗ ਕਰ ਰੱਖਿਆ ਹੈਗਾ ਅਤੇ ਆਹ ਆਪਣਾ ਗਲਾ ਹੈਗਾ ਆਪਾਂ ਇਹਦੇ 'ਤੇ ਰਾਊਂਡ ਸ਼ੇਪ ਦੇ ਵਿੱਚ ਇਹਨੂੰ ਸਟਿੱਚ ਕਰਨਾ ਇੱਦਾਂ ਹਾਂਜੀ ਇਸ ਤੋਂ ਬਾਅਦ 'ਚ ਆਪਾਂ ਫਿਰ ਇਹਨੂੰ ਇਸ ਤਰ੍ਹਾਂ ਕਰ ਲੈਣਾ ਆ ਅਤੇ ਐਂਡ ਇੱਥੋਂ ਆਪਾਂ ਬਿਲਕੁਲ ਸਿੱਧੀ ਸਿਲਾਈ ਲਾਉਣੀ ਆ ਸਾਰੇ 'ਤੇ ਫੁੱਲ ਹੀ ਇੱਦਾਂ ਕੋਰਨਰ ਦੇ ਉੱਪਰ ਬਿਲਕੁਲ ਧਿਆਨ ਨਾਲ ਦੇਖੋ ਕੋਰਨਰ ਦੇ ਉੱਪਰ ਹੀ ਲਾਉਣੀ ਆ ਸਿਲਾਈ ਆਪਾਂ ਹਾਂਜੀ ਉਸ ਤੋਂ ਬਾਅਦ ਆਪਾਂ ਇਹਨੂੰ ਕੱਪੜੇ ਨੂੰ ਉਲਟ ਕਰਕੇ ਨਾ ਇੱਧਰਲੀ ਸਾਈਡ ਦੇ ਆਪਾਂ ਇਹਦੇ ਕੱਟ ਲਾ ਲੈਣੇ ਛੋਟੇ ਛੋਟੇ ਕੱਟਰ ਦੀ ਹੈਲਪ ਨਾਲ ਤੁਸੀਂ ਲਾ ਸਕਦੇ ਹੋ ਛੋਟੇ ਛੋਟੇ ਕੱਟਸ ਇੱਦਾਂ ਧਿਆਨ ਰਹੇ ਕਿ ਹੈ ਨਾ ਅੱਗੇ ਸੀਨ ਨਾ ਬਸ ਕਟਿੰਗ ਹੋਵੇ ਹਾਂਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸਿੱਧੀ ਸਾਈਡ ਦੇ ਉੱਪਰੋਂ ਇੱਥੋਂ ਫੜ ਕੇ ਆਪਾਂ ਇੱਥੇ ਆ ਸਾਰੀ ਸਟਿਚਿੰਗ ਲਾ ਦੇਣੀ ਹੈਗੀ ਇਹਦੇ ਉੱਪਰ ਹੀ ਜਿਹੜੀ ਆਪਣੀ ਲਾਈਨ ਪਹਿਲਾਂ ਹੀ ਬਣੀ ਹੋਈ ਆ ਇਹਦੇ ਉੱਪਰ ਉੱਪਰ ਸਿਲਾਈ ਕਰਨੀ ਆ ਹਾਂਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਬਿਲਕੁਲ ਰਾਊਂਡ ਸ਼ੇਪ ਦੇ ਵਿੱਚ ਪੱਟੀ ਲੱਗ ਗਈ ਹੈ ਜਿਹੜਾ ਅੰਦਰ ਐਕਸਟਰਾ ਕੱਪੜਾ ਹੈਗਾ ਇਹਨੂੰ ਆਪਾਂ ਕਟਰ ਦੀ ਹੈਲਪ ਨਾਲ ਜਾਂ ਕੈਂਚੀ ਦੀ ਹੈਲਪ ਨਾਲ ਆਪਾਂ ਇਹਨੂੰ ਕੱਟ ਸਕਦੇ ਹਾਂ ਵਿੱਚੋਂ